खबर पई जब तुरको लड़ियो अचानक आए। जदों तुरका नू पता लगा लाहौर मीर मनु नू खबर पहुंची के खालसा किला बना रहा है। सिंघा ने अमृतसर दे विच एक किला तैयार कर लिया है ता उन्हें एकदम ही फौजा तैयार करके अदीना बेग जलंधर दे सूबेदार नू हुकम दिता के जाके राम रौनी किले नू घेरा पा लै। मीर मनु ने भेजियो दीना बेग चढ़ाए। दीना बेग जिहड़ा साध संगत जी दुआबे दा गवर्नर रहा जलंधर दा, ਇਹ ਸਿੰਘਾਂ ਦਾ ਬੜਾ ਵੈਰੀ ਔਰ ਮੱਕਰ ਮਕਾਰ ਆਦਮੀ ਸੀ, ਚਲਾਕ ਸੀ। ਕਦੀ ਸਿੰਘਾਂ ਨਾਲ ਸੁਲਾਹ ਕਰ ਲੈਂਦਾ ਸੀ ਤੇ ਕਦੀ ਸਿੰਘਾਂ ਦਾ ਵੈਰੀ ਬਣ ਜਾਂਦਾ ਸੀ। ਕਈ ਵਾਰੀ ਇਹਦੀ ਸਿੰਘਾਂ ਨਾਲ ਸੁਲਾਹ ਹੋਈ ਤੇ ਕਈ ਵਾਰੀ ਸਿੰਘਾਂ ਦਾ ਇਹ ਦੁਸ਼ਮਣ ਬਣੇ। ਅਦੀਨਾ ਬੇਗ ਮੀਰ ਮਨੂ ਵਰਗਾ ਹੀ, ਇਹ ਦੋਵੇਂ ਇੱਕੋ ਜਿਹੇ ਸਨ। ਮੀਰ ਮਨੂ ਵੀ ਲੋੜ ਪਿਆ ਤੇ ਸਿੰਘਾਂ ਨਾਲ ਸੁਲਾਹ ਕਰ ਲੈਂਦਾ ਸੀ ਤੇ ਜਦੋਂ ਕੰਮ ਨਿਕਲ ਜਾਂਦਾ ਸੀ ਫਿਰ ਸਿੰਘਾਂ ਦਾ ਦੁਸ਼ਮਣ ਬਣ ਜਾਂਦਾ ਸੀ। ਸੋ ਮੀਰ ਮਨੂ ਨੇ ਜਦੋਂ ਪਤਾ ਲੱਗਾ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਖਾਲਸਾ ਕਿਲਾ ਬਣਾ ਰਿਹਾ ਹੈ, ਉਸ ਨੇ ਦੀਨਾ ਬੇਗ ਨੂੰ ਫੌਜਾਂ ਦੇ ਕੇ ਚੜਾ ਦਿੱਤਾ ਤੇ ਦੀਨਾ ਬੇਗ ਫੌਜਾਂ ਲੈ ਕੇ ਸ੍ਰੀ ਅੰਮ੍ਰਿਤਸਰ ਰਾਮ ਰੌਣੀ ਦੇ ਕਿਲੇ ਤੇ ਆ ਪਿਆ। ਚੌ ਪਈ ਦੀਵਾਨ ਕੌੜਾ ਮੱਲ ਸਦੀਕੀ ਨਾ ਸਦੀਕਾ ਨਾਲ। ਦੀਵਾਨ ਕੌੜਾ ਮੱਲ ਤੇ ਸਦੀਕ ਬੇਗ ਨਾਮ ਦਾ ਇੱਕ ਅਫਸਰ, ਅਜੀਜ ਖਾਨ ਤੇ ਸੂਬੇਦਾਰ। ਅਜੀਜ ਖਾਨ ਇਹ ਸੂਬੇਦਾਰ ਸਨ ਉਸ ਵੇਲੇ। ਦੀਵਾਨ ਉਦੋਂ ਲਾਹੌਰ ਦਾ ਦੀਵਾਨ ਸੀ ਨਾ, ਮੀਰ ਮਨੂ ਦੇ ਮਤਹਿਤ ਸੀਗਾ ਤੇ ਕਈ ਵਾਰੀ ਦੀਵਾਨ ਕੌੜਾ ਮੱਲ ਜੀ ਨੂੰ ਵੀ ਸਰਕਾਰ ਦੀਆਂ ਅੱਖਾਂ ਚ ਮਿੱਟੀ ਘਟਾ ਪਾਉਣ ਵਾਸਤੇ ਉਹਨਾਂ ਦੀ ਬੋਲੀ ਬੋਲਣੀ ਪੈਂਦੀ ਸੀ। ਸਿੱਧੇ ਤੌਰ ਤੇ ਦੀਵਾਨ ਕੌੜਾ ਮੱਲ ਸਿੱਖਾਂ ਦੀ ਮਦਦ ਨਹੀਂ ਸੀ ਕਰ ਸਕਦਾ, ਅੰਦਰ ਖਾਤੇ ਉਹ ਸਿੱਖਾਂ ਨੂੰ ਸਾਰੀ ਮਦਦ ਦਿੰਦਾ ਸੀਗਾ, ਖਬਰ ਵੀ ਦਿੰਦਾ ਸੀ, ਦਿਲੋਂ ਸਿੱਖਾਂ ਦਾ ਹਿਮਾਇਤੀ ਸੀ, ਪਰ ਸਰਕਾਰੀ ਡਿਊਟੀਆਂ ਕਰਕੇ ਕਈ ਵਾਰੀ ਉਹਨੂੰ ਸਿੱਖਾਂ ਦੇ ਨਾਲ ਲੜਾਈਆਂ ਦਾ ਵੀ ਸ਼ੋਅ ਕਰਨਾ ਪੈਂਦਾ ਸੀਗਾ। ਹਾਂਜੀ, ਰਾਜੇ ਪਹਾੜੀ ਕਈ ਚੜਾਏ। ਇਹ ਦੀਵਾਨ ਕੌੜਾ ਮੱਲ ਨੂੰ, ਸਦੀਕ ਬੇਗ ਨੂੰ ਅਤੇ ਕਈ ਪਹਾੜੀ ਰਾਜਿਆਂ ਨੂੰ ਦੀਨਾ ਬੇਗ ਦੇ ਨਾਲ ਸਿੱਖਾਂ ਦਾ ਮੁਕਾਬਲਾ ਕਰਨ ਲਈ ਚੜਾ ਦਿੱਤਾ। ਤੋਪਖਾਨੋ ਬਹੁ ਸਾਥ ਲਿਆਏ। ਬੜਾ ਭਾਰੀ ਤੋਪਖਾਨਾ ਲੈ ਕੇ ਤੁਰਕਾਂ ਦੀ ਫੌਜ ਸ੍ਰੀ ਅੰਮ੍ਰਿਤਸਰ ਤੇ ਹਮਲਾ ਕਰ ਆਈ। ਤੁਰਕਨ ਤਬ ਰਣਗੜੋ ਬਣਾਇਆ, ਤੁਰਕਨ ਤਬ ਰਣਗੜੋ ਬਣਾਇਆ। ਤੁਰਕਾਂ ਨੇ ਵੀ ਆਲੇ ਦੁਆਲੇ ਘੇਰਾ ਘੱਤ ਲਿਆ, ਗੜ੍ਹ ਬਣਾ ਲਿਆ, ਘੇਰਾ ਪਾ ਲਿਆ ਕਿਲੇ ਨੂੰ। ਰੋਣੀ ਦਰਵਾਜੇ ਸਨਮੁਖ ਤਕਾਇਆ। ਜਿਹੜਾ ਰੋਣੀ ਦਾ ਦਰਵਾਜਾ ਸੀਗਾ ਰਾਮ ਰੋਣੀ ਦਾ, ਸਿੱਖਾਂ ਨੇ ਜੋ ਰਾਮ ਰੋਣੀ ਬਣਾਈ ਸੀ, ਪਹਿਲਾਂ ਉਹਦਾ ਨਾਮ ਰਾਮ ਰੋਣੀ ਰੱਖਿਆ ਫਿਰ ਰਾਮਗੜ੍ਹ ਪਿਆ। ਰਾਮ ਰੌਣੀ ਦਾ ਜਿਹੜਾ ਦਰਵਾਜਾ ਸੀ ਉਹਦੇ ਸਾਹਮਣੇ ਤੁਰਕਾਂ ਨੇ ਤੋਪਾਂ ਬੀੜ ਦਿੱਤੀਆਂ। ਤਵੇ ਖਾਲਸੇ ਬਾਤ ਵਿਚਾਰੀ। ਸਿੰਘਾਂ ਨੇ ਹੁਣ ਵਿਚਾਰ ਕੀਤੀ ਵੀ ਕੀ ਕਰੀਏ, ਤੁਰਕਨ ਪਾਈ ਹਮ ਪੈ ਪਾਰੀ। ਤੁਰਕ ਤਾਂ ਹੁਣ ਸਾਡੇ ਤੇ ਚੜ ਕੇ ਆ ਗਏ ਨੇ, ਇਹਨਾਂ ਨੇ ਸਾਨੂੰ ਟਿਕਣ ਨਹੀਂ ਦੇਣਾ, ਸਹੁੰ ਪਾਈ ਹੋਈ ਆ ਵੀ ਸਿੱਖ ਜਿਉਂਦੇ ਛੱਡਣੇ ਨਹੀਂ ਹਨ। ਓਵੋ ਸ਼ੀਦ ਓ ਤੁਰਕਨ ਮਾਰੋ। ਹੁਣ ਤਾਂ ਕੋਈ ਚਾਰਾ ਨਹੀਂ ਹੈ, ਜੇ ਆਪਾਂ ਇੱਥੋਂ ਭੱਜ ਕੇ ਜਾਂਦੇ ਹਾਂ ਤਾਂ ਵੀ ਸਿੱਖੀ ਨੂੰ ਕਲੰਕ ਲੱਗੇਗਾ, ਕਹਿਣਗੇ ਅੰਮ੍ਰਿਤਸਰ ਦੀ ਧਰਤੀ ਤੋਂ ਸਿੱਖ ਦੌੜ ਗਏ। ਪਰ ਆਪਾਂ ਇੱਕੋ ਹੀ ਧਾਰ ਲਈਏ ਵੀ ਹੁਣ ਇੱਥੇ ਸ਼ਹੀਦ ਹੋਈਏ, ਦੁਸ਼ਮਣਾਂ ਨਾਲ ਦੋ ਦੋ ਹੱਥ ਕਰੀਏ। ਇਹ ਵੀ ਸੁਣੀਐ ਜਗਤ ਅਖਾਰੋਂ। ਇਹ ਜੰਗ ਵੀ ਦੁਨੀਆਂ 'ਚ ਪ੍ਰਸਿੱਧ ਹੋਵੇਗਾ, ਦੁਨੀਆਂ ਵਾਰਾਂ ਗਾਇਆ ਕਰੇਗੀ, ਯਾਦ ਕਰਿਆ ਕਰਨਗੇ ਲੋਕ ਵੀ ਅੰਮ੍ਰਿਤਸਰ ਵਿੱਚ 500 ਸਿੰਘਾਂ ਦਾ ਜਥਾ ਕਈ ਮਹੀਨੇ ਤੁਰਕਾਂ ਦਾ ਮੁਕਾਬਲਾ ਕਰਦਾ ਰਿਹਾ। ਹਾਂਜੀ, ਤੀਨ ਮਹਿਜਬ ਕੋ ਯਹ ਹੈ ਯੁੱਧ। ਸਿੰਘ ਸੋਚਦੇ ਆ ਇਹ ਧਰਮ ਦਾ ਯੁੱਧ ਹੈ, ਦੀਨ ਦਾ ਯੁੱਧ ਹੈ, ਆਪਣੇ ਧਰਮ ਲਈ ਆਪਣੇ ਮਜ਼ਹਬ ਲਈ ਮਰਨਾ ਮਰਦਾਂ ਦਾ ਕੰਮ ਹੈ। ਹਾਂਜੀ, ਛੂਹੈ ਸ਼ਸਤਰ ਤਨ ਹੋਵਗ ਸੁੱਧ। ਜਿਹੜੇ ਸਰੀਰ ਤੇ ਸ਼ਸਤਰ ਲੱਗਦੇ ਹਨ ਧਰਮ ਯੁੱਧ ਦੇ ਵਿੱਚ, ਉਹ ਜਿੰਨਾ ਸਰੀਰ ਚੋਂ ਲਹੂ ਵਗਦਾ ਹੈ, ਜਿੰਨੀਆਂ ਹੱਡੀਆਂ ਟੁੱਟਦੀਆਂ ਹਨ, ਜਿੰਨੀਆਂ ਛਾਤੀ 'ਚ ਗੋਲੀਆਂ ਵੱਜਦੀਆਂ ਹਨ, ਜਿੰਨੇ ਧਰਮੀਆਂ ਦੇ ਸੀਸ ਲਹਿੰਦੇ ਹਨ, ਉਹਨਾਂ ਸਰੀਰ ਸ਼ੁੱਧ ਹੁੰਦਾ ਹੈ, ਸਰੀਰ ਦੇ ਪਾਪ ਕੱਟੇ ਜਾਂਦੇ ਹਨ, ਸਰੀਰ ਪਵਿੱਤਰ ਹੋ ਜਾਂਦਾ ਹੈ।
गंगा नहा के भी इन्ना शरीर पवित्र नहीं हुंदा जिन्ना योधे दा शहीद दा शस्त्र लगन नाल हुंदा है। दोहरा तब दा सिंगन निकस कै रनगढ़ लियो चढ़ाए। सिंगा ने हल्ला बोलिया जेड़ा तुरका ने घेरा पाया सी रणगढ़ ते कब्जा कीता सी ओ छड़ा लिया खालसे ने। तुरकन मार सो मर गए जो बचियो रलियो पुनियाए। तो बाहर निकल के लड़े बहुत सारे सिंह बहादुरी नाल तुरका नु पिछे हटा के शहीद हो गए। जेड़े बचे सन वापस राम रौनी च आ गए। चौपाई कर हल्ला सिंह शेर जिम पावे। सिंह शेरां दी तरह हल्ला करदे सन जिवें बेले विचों शेर निकलदा ना एदां गढ़ी विचों बब्बर शेरां दी तरह सिंह पैंदे सन। जन बिजल विच कणके तावे एदां फुरती हुंदी सी खालसे दी जिवें बदलां विच बिजली दी फुरती हुंदी। कदी आसमान च तुसीं देखी होणी आ आकाश च बदलां दे विच बिजली लिशकदी होई जदों बिजली कड़कदी है और आसमान च एदां ओह लहराउंदी है ओह फुरती खालसे च हुंदी सी। इन्नी तेजी नाल पैंदे सन जिवें बिजली पैंदी आसमान तों आ के। इहा मार जा उहां लगावै जिवें बिजली इधरों लिशक के ओह जांदी है आसमान दे विच। ਏਦਾਂ ਸਿੰਘ ਵੈਰੀ ਦੇ ਕਦੀ ਸੱਜੇ ਕਦੀ ਖੱਬੇ ਹਮਲੇ ਕਰਦੇ ਸਨ। ਪੈਰ ਪਿਆਂਦੇ ਘੋੜੇ ਜਿਮਤਾਵੇ ਉਦੋਂ ਸਿੰਘਾਂ ਦੇ ਸਰੀਰ ਇੰਨੇ ਕਰੜੇ ਸਨ ਇੰਨੇ ਕਮਾਏ ਹੋਏ ਸਨ ਬਈ ਪੈਦਲ ਵੀ ਘੋੜਿਆਂ ਜਿੰਨੇ ਦੌੜ ਲੈਂਦੇ ਸਨ। ਜਿਨ੍ਹਾਂ ਕੋਲ ਘੋੜੇ ਉਹ ਤਾਂ ਦੌੜਦੇ ਹੀ ਘੋੜਿਆਂ ਤੇ ਉਹ ਜਿਨ੍ਹਾਂ ਦੇ ਘੋੜੇ ਮਰ ਜਾਂਦੇ ਜਾਂ ਘੋੜੇ ਸ਼ਹੀਦ ਹੋ ਜਾਂਦੇ ਜਾਂ ਜਿਨ੍ਹਾਂ ਕੋਲ ਘੋੜੇ ਨਹੀਂ ਸੀ ਹੁੰਦੇ ਉਹਨਾਂ ਸਿੰਘਾਂ ਦੀ ਦੌੜ ਘੋੜਿਆਂ ਜਿੰਨੀ ਯਾਨੀ ਕਿ ਬੜੇ ਤੇਜ਼ ਦੌੜ ਲੈਂਦੇ ਸਨ ਤੇ ਦੌੜ ਦੌੜ ਕੇ ਭਾਜ ਗਿਆ ਗਨੀਮ ਕੋ ਬਿਦਾਰੇ ਜ਼ੋਰ ਜੰਗ ਮੇਂ ਭੱਜ ਭੱਜ ਕੇ ਵੈਰੀਆਂ ਨੂੰ ਜੰਗ ਦੇ ਵਿੱਚ ਢਾ ਲੈਂਦੇ ਸਨ। ਰਾਤ ਹਨੇਰੀ ਸਿੰਘ ਜਾਏ ਪਰੈ ਹਨੇਰੀਆਂ ਰਾਤਾਂ ਚ ਸਿੰਘ ਜਾ ਦੁਸ਼ਮਣ ਨਾਲ ਲੜਦੇ ਸਨ। ਸਿੰਘਨ ਪੁਲਾਵੇ ਤੁਰਕ ਆਪ ਮਰੈ ਸਿੰਘ ਤਾਂ ਦੁਸ਼ਮਣ ਦੇ ਦਲ ਵਿੱਚ ਜਾ ਕੇ ਖਲਬਲੀ ਜੀ ਪਾ ਕੇ ਉੱਥੋਂ ਨਿਕਲ ਜਾਂਦੇ ਸਨ ਤੇ ਦੁਸ਼ਮਣ ਆਪਸ ਵਿੱਚ ਲੜ ਲੜ ਕੇ ਮਰ ਜਾਂਦਾ ਸੀ। ਸਿੰਘ ਏਕ ਸੋ ਸੰਪੈ ਬਾਰੀ ਸਿੰਘ ਕੱਲਾ ਹੀ ਸੈਂਕੜਿਆਂ ਦੇ ਭਾਰੀ ਹੁੰਦਾ ਸੀ। ਕੱਲਾ ਸਿੰਘ ਸੌ ਸੌ ਦੁਸ਼ਮਣ ਨੂੰ ਜਾ ਕੇ ਵੰਗਾਰ ਦਿੰਦਾ ਸੀ ਤੇ ਦੁਸ਼ਮਣ ਆਪਸ ਚ ਲੜਦੇ ਸੀ ਸਿੰਘ ਉਥੋਂ ਨਿਕਲ ਆਉਂਦੇ ਸੀ। ਹਾਂਜੀ ਇਸ ਵੇਲੇ ਥੋੜੇ ਬੋ ਕਰਨ ਖੁਆਰੀ ਥੋੜੇ ਜੇ ਸਿੰਘ ਹਜ਼ਾਰਾਂ ਵੈਰੀਆਂ ਨੂੰ ਚਣੇ ਚਬਾ ਦਿੰਦੇ ਸਨ। ਰਾਤ ਨੂੰ ਸਿੰਘਾਂ ਨੇ ਜਾਣਾ ਦਸ ਵੀਹ ਸਿੰਘਾਂ ਨੇ ਜਾਣਾ ਦੁਸ਼ਮਣ ਦੇ ਦਲ ਚ ਬੜੇ ਆਰਾਮ ਨਾਲ ਜਾ ਕੇ ਕੋਈ ਦਸ ਕਦਮ ਇੱਧਰ ਖੜ ਜਾਣਾ ਕੋਈ ਇੱਧਰ ਖੜ ਜਾਣਾ ਕੋਈ ਉਹ ਪਰੇ ਖੜ ਜਾਣਾ ਉੱਥੇ ਜੈਕਾਰੇ ਸਤਿ ਸ੍ਰੀ ਅਕਾਲ ਦੇ ਜਦੋਂ ਗਜਾਣੇ ਜੈਕਾਰੇ ਗਜਾ ਕੇ ਦੁਸ਼ਮਣ ਦੀ ਫੌਜ ਨੂੰ ਏਦਾਂ ਹੋਣਾ ਵੀ ਪਤਾ ਨਹੀਂ ਕਿੰਨੀ ਕੁ ਫੌਜ ਆ ਗਈ ਸਿੱਖਾਂ ਦੀ ਤੇ ਉਹਨਾਂ ਨੇ ਉੱਠਣਾ ਅੱਬੜਵਾਏ ਚਾਚੇ ਨੇ ਭਤੀਜੇ ਨੂੰ ਮਾਮੇ ਨੇ ਭਾਣਜੇ ਨੂੰ ਵੱਢ ਦੇਣਾ ਪਿਓ ਨੇ ਪੁੱਤਰ ਨੂੰ ਭਰਾ ਨੇ ਭਰਾ ਨੂੰ ਆਪਸ ਵਿੱਚ ਕਤਲੇਆਮ ਹੋ ਜਾਂਦੇ। ਦੋਹਰਾ ਲੁਕਿਓ ਛਪਿਓ ਕਉ ਸੰਗ ਤਬ ਝਾੜਨ ਖੰਡਨ ਹੋਏ ਉਸ ਵੇਲੇ ਜਿਹੜੇ ਸਿੰਘ ਜੰਗਲਾਂ ਵਿੱਚ ਸਨ ਕਿਉਂਕਿ ਖਾਲਸਾ ਸਾਰਾ ਤਾਂ ਰਾਮ ਰੌਣੀ ਚ ਆ ਨਹੀਂ ਸੀ ਸਕਦਾ। ਰਾਮ ਰੌਣੀ ਚ ਸਿਰਫ 500 ਸਿੰਘਾਂ ਦੇ ਰਹਿਣ ਦੀ ਥਾਂ ਸੀ। 500 ਸਿੰਘ ਉੱਥੇ ਖਲੋ ਸਕਦੇ ਸਨ ਬਹਿ ਸਕਦੇ ਸਨ ਬਾਕੀ ਨਹੀਂ। ਬਾਕੀ ਖਾਲਸਾ ਜੰਗਲਾਂ ਵਿੱਚ ਸੀਗਾ ਝਾੜਾਂ ਤੇ ਖੱਡਾਂ ਵਿੱਚ ਲੁਕੇ ਸੁਪੇ ਸਿੰਘ ਰਹਿੰਦੇ ਸਨ। ਤੁਰਕਾਂ ਨੇ ਉੱਪਰ ਆ ਪਰੈ ਹੁਣ ਸ਼ਹੀਦੈ ਸੋਏ ਉਹ ਬਾਹਰੋਂ ਦੁਸ਼ਮਣਾਂ ਤੇ ਹਮਲਾ ਕਰ ਦਿੰਦੇ ਸਨ ਜਿਹੜੇ ਕਿਲੇ ਚ ਘਿਰੇ ਹੋਏ ਸਨ ਉਹਦਾ ਵਿਚਾਰੇ ਅੰਦਰ ਰਹਿ ਕੇ ਲੜ ਰਹੇ ਸਨ ਤੇ ਹਜ਼ਾਰਾਂ ਹੀ ਫੌਜ ਦੀਨਾ ਬੇਗ ਨੇ ਮੀਰ ਮੰਨੂ ਦੇ ਹੁਕਮ ਨਾਲ ਲਿਆਂਦੀ ਹੋਈ ਸੀ। ਰਾਮ ਰੌਣੀ ਨੂੰ ਘੇਰਾ ਪਿਆ ਹੋਇਆ ਸੀ ਦੁਸ਼ਮਣ ਦੇ ਉੱਤੇ ਬਾਹਰੋਂ ਸਿੰਘ ਫਿਰ ਹਮਲੇ ਕਰਦੇ ਸਨ ਜਿਹੜੇ ਜੰਗਲਾਂ ਵਾਲੇ ਸਿੰਘ ਸਨ ਉਹਨਾਂ ਨੂੰ ਪਤਾ ਸੀ ਕਿ ਸਾਡੇ ਭਰਾ ਅੰਦਰ ਘਿਰੇ ਹੋਏ ਨੇ ਉਹ ਬਾਹਰੋਂ ਹਮਲੇ ਕਰਕੇ ਦੁਸ਼ਮਣ ਨੂੰ ਭਾਜੜ ਪਾ ਦਿੰਦੇ ਸਨ। ਚੌਪਈ ਤਬ ਤੁਰਕਾਂ ਨੇ ਸੁਰੰਗ ਲਗਾਈ ਫਿਰ ਤੁਰਕਾਂ ਨੇ ਸਕੀਮ ਲਾਈ ਵੀ ਥੱਲਿਓਂ ਸੁਰੰਗ ਪੁੱਟੀਏ ਇਹ ਸਿੰਘ ਏਦਾਂ ਦਾ ਕਿਲ੍ਹਾ ਖਾਲੀ ਨਹੀਂ ਕਰਨਗੇ ਸੁਰੰਗ ਪੁੱਟ ਕੇ ਥੱਲਿਓਂ 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 ਜ਼ਮੀਨ ਦੇ ਵਿੱਚੋਂ ਅਸੀਂ ਕਿਲ੍ਹੇ ਦੇ ਅੰਦਰ ਸੁਰੰਗ ਬਣਾ ਲਈਏ ਅੰਦਰ ਨਿਕਲਾਂਗੇ ਜਾ ਕੇ ਇੱਕਦਮ ਹੱਲਾ ਕਰਕੇ ਅੰਦਰੋਂ ਸਿੱਖਾਂ ਨੂੰ ਮਾਰਾਂਗੇ।
तुरका ने सुरंग पुटनी शुरू कर दिती। सिंगन डूंगी करी अग्यों खाई। जदो तुरका ने उधरों सुरंग पुटनी शुरू कीती, सिंगा ने जड़ी खाई सी ना किले दे आले दुआले, वो डूंगी कर दिती। जदो हुण खाई डूंगी, उहदे चों कित्थे सुरंग थले किन्नी क डूंगी पुट लैणगे। सिंगा ने पसिंगा नूं भी पता लग गया भी तुरका ने बाहरों खाई डूंगी सुरंग पुटनी शुरू कर दिती है। सिंगा ने खाई डूंगी कर दिती। मत खाई बो सिंह बह रहे। खाई दे वेच सिंह जाके बह रहे सी भी जिथे दुश्मन आवेगा वो सोदा ला देंगे। सुरंग अगे नहीं चलने दह। तुरंग पुटदे सन तुरक पर सिंह उन्हां नूं सुरंग पुटन नहीं सी दिंदे। लड़के मरनो डरे सिंह नहीं। सिंह लड़न मरन तो डरदे नहीं सन, मौत नूं मुखौलां करदे सन। खर्च गयो मुक गम पयो ताही। सिंघां नूं मौत दा डर नहीं सी, पर एक मुसीबत जिहड़ी आनंदपुर दे किले च आई सी, जिहड़ी गुरदास नंगल दी गढ़ी च बाबे बंदे बहादुर नूं आई सी, उही मुसीबत तीसरी वार अमृतसर विच राम रौणी दे किले च आ गई। ओह सी कि खालसे को खाण पीण दा समान मुक गया, राशन पाणी तों बिना ओह 500 सिंघ बड़े तंग होए। ਬਹੁ ਭੀੜ ਤੈ ਤੁਰਕਨ ਪਾਈ। ਤੁਰਕਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਚਾਰੇ ਪਾਸਿਓਂ ਘੇਰਿਆ ਹੋਇਆ। ਰਾਮ ਰੌਣੀ ਦੇ ਵਿੱਚ ਕਿਲੇ 'ਚ 500 ਸਿੰਘ ਘਿਰੇ ਹੋਏ ਸਨ, ਅਤੇ ਖਾਣ ਪੀਣ ਦਾ ਸਮਾਨ ਇੱਕ ਦਾਣਾ ਵੀ ਅੰਦਰ ਨਹੀਂ ਸੀ ਜਾਣ ਦਿੰਦੇ। ਸਿੰਘਨ ਬਾਤ ਮੌਤ ਲੈ ਆਈ। ਸਿੰਘਾਂ ਦੇ ਵਾਸਤੇ ਸਮਝੋ ਇਹ ਗੱਲਾਂ ਤੁਰਕ ਕਹਿੰਦੇ ਸਨ ਕਿ ਸਿੱਖਾਂ ਨੂੰ ਤੇ ਮੌਤ ਘੇਰ ਕੇ ਸਾਡੇ ਕਾਬੂ ਕੀਤਾ ਹੈ, ਹੁਣ ਇਹ ਸਿੱਖ ਬਚ ਕੇ ਨਹੀਂ ਜਾ ਸਕਦੇ। ਪਹਿਲਾਂ ਤੇ ਭੁੱਖੇ ਮਰਨਗੇ, ਜਦੋਂ ਇਹਨਾਂ ਦੇ ਸਰੀਰ 'ਚ ਜਾਨ ਨਾ ਰਹੀ, ਅਸੀਂ ਜਾ ਕੇ ਤਲਵਾਰਾਂ ਨਾਲ ਇਹਨਾਂ ਦੇ ਟੋਟੇ ਟੋਟੇ ਕਰ ਦਿਆਂਗੇ, ਜਿਵੇਂ ਬੰਦੇ ਬਹਾਦਰ ਦੇ ਸਮੇਂ ਹੋਇਆ ਸੀ। ਬਾਬੇ ਬੰਦੇ ਬਹਾਦਰ ਦੇ ਸਮੇਂ ਗੁਰਦਾਸ ਨੰਗਲ ਦੀ ਗੜੀ ਦੇ ਵਿੱਚ ਜਿਹੜੇ ਸਿੰਘ ਬਾਬੇ ਬੰਦੇ ਬਹਾਦਰ ਨਾਲ ਭੁੱਖ ਨਾਲ ਲਾਚਾਰ ਹੋ ਕੇ ਡਿੱਗ ਪਏ ਸਨ, ਸਰੀਰ 'ਚ ਕੋਈ ਤਾਕਤ ਨਹੀਂ ਸੀ ਰਹੀ, ਉਹਨਾਂ ਉੱਤੇ ਤੁਰਕਾਂ ਨੇ ਜਾ ਕੇ ਗੁੱਸਾ ਕੱਢਿਆ ਸੀ, ਭਾਵ ਉਹਨਾਂ ਨੂੰ ਡਿੱਗਿਆਂ ਢੱਠਿਆਂ ਨੂੰ ਵੱਢ ਵੱਢ ਕੇ ਟੋਟੇ ਕੀਤੇ ਸਨ। ਉਹ ਗੱਲ ਤੁਰਕ ਕਹਿੰਦੇ ਨੇ ਕਿ ਅੱਜ ਫੇਰ ਸਿੱਖ ਸਾਡੇ ਕਾਬੂ ਆ ਗਏ। ਬੰਦੇ ਬਹਾਦਰ ਦੀ ਸ਼ਹੀਦੀ ਤੋਂ ਲਗਭਗ 30-32 ਸਾਲ ਬਾਅਦ ਫੇਰ ਉੱਦਾਂ ਦਾ ਹੀ ਮਾਹੌਲ ਬਣ ਗਿਆ। ਤਬੇ ਖਾਲਸੇ ਬਾਤ ਵਿਚਾਰੀ। ਤਾਂ ਬਾਬੇ ਬੰਦੇ ਬਹਾਦਰ ਦੇ ਸਮੇਂ ਵੀ ਜਿੱਦਾਂ ਹੋਇਆ ਸੀ, ਬੜੇ ਸਿੰਘ ਔਖੇ ਹੋਏ ਸਨ, ਇੱਦਾਂ ਹੀ ਫਿਰ ਰਾਮ ਰੌਣੀ ਅੰਮ੍ਰਿਤਸਰ ਦੇ ਕਿਲੇ 'ਚ ਸਿੰਘਾਂ ਨੂੰ ਤੰਗੀ ਆਈ। ਖਾਲਸੇ ਨੇ ਵਿਚਾਰ ਕੀਤੀ, ਨਟਕੈ ਪਤ ਜਾਏ ਹਮਾਰੀ। ਜੇ ਹੁਣ ਅਸੀਂ ਕਿਲੇ 'ਚੋਂ ਨੱਠ ਜਾਈਏ, ਦੌੜ ਜਾਈਏ, ਨਿਕਲ ਜਾਈਏ, ਤਾਂ ਵੀ ਸਾਡੀ ਬੇਇੱਜ਼ਤੀ ਹੋਵੇਗੀ। ਤੁਰਕ ਕਹਿਣਗੇ ਸਿੱਖ ਡਰ ਕੇ ਭੱਜ ਗਏ ਹਨ। ਲੜ ਕੇ ਮਰਨ ਬਾਤ ਹੈ ਖੂਬ। ਹੁਣ ਤਾਂ ਇੱਥੇ ਲੜ ਕੇ ਮਰਨਾ ਹੀ ਠੀਕ ਹੈ, ਲੜਨੋ ਮਰਨੋ ਜੂਝਵੋ, ਇਹ ਸੂਰਮਿਆਂ ਦਾ ਕੰਮ ਹੁੰਦਾ ਹੈ। ਇੱਥੇ ਲੜ ਕੇ ਸ਼ਹੀਦ ਹੋ ਜਾਈਏ। ਜਗ ਮੈਂ ਸਾਕੋ ਹੋਗ ਅਜੂਬ। ਉਹ ਜਗਤ ਦੇ ਵਿੱਚ ਸਾਕਾ ਕਰੀਏ, ਦੁਨੀਆਂ ਦੇ ਯਾਦ ਰਹੇਗੀ ਵੀ ਰਾਮ ਰੌਣੀ ਦੇ ਵਿੱਚ ਸਿੰਘ ਘਿਰੇ ਸਨ, ਉਹਨਾਂ ਨੇ ਦੁਸ਼ਮਣ ਦੇ ਅੱਗੇ ਹਥਿਆਰ ਨਹੀਂ ਸੁੱਟੇ, ਉਹ ਭੱਜੇ ਨਹੀਂ ਮੈਦਾਨ ਵਿੱਚੋਂ। ਸਿੰਘਾਂ ਦਾ ਜੋ ਚਮਕੌਰ ਦੀ ਗੜੀ ਦਾ ਸਾਕਾ, ਉਹ ਫਿਰ ਅਸੀਂ ਰਾਮ ਰੌਣੀ ਦੀ ਗੜੀ 'ਚ ਦੁਹਰਾ ਦਈਏ। ਕਰਕੇ ਹੱਲਾ ਇੱਕ ਵੱਲ ਪਾਹੋ, ਇੱਕ ਵਾਰੀ ਦੁਸ਼ਮਣ ਤੇ ਹੱਲਾ ਕਰੀਏ। ਤੁਰਕਨ ਕੇ ਸਿਰ ਸੀਸ ਲਗਾਹੋ, ਔਰ ਦੁਸ਼ਮਣ ਨਾਲ ਲੜਦੇ ਲੜਦੇ ਸ਼ਹੀਦ ਹੋ ਜਾਈਏ। ਦੋ ਦੋ ਚਾਰ ਚਾਰ ਲੈ ਮਰੋ। ਆਪਾਂ 500 ਹਾਂ, ਦੋ ਦੋ ਚਾਰ ਚਾਰ ਨੂੰ ਮਾਰਾਂਗੇ ਤਾਂ ਵੀ 2000-4000 ਤੁਰਕ ਮਾਰਿਆ ਜਾਏਗਾ। ਤੁਰਕਣ ਸਿਉਂ ਜੁਦੋਂ ਕਰੋ, ਤੁਰਕਾਂ ਨਾਲ ਇਹੋ ਜਿਹਾ ਯੁੱਧ ਕਰੀਏ। ਦੋਹਰਾ ਕਰ ਹੱਲਾ ਤਿੰਨ ਪਰ ਪਰੇ ਲਿਓ ਮੋਰਚੋ ਮਾਰ। ਸਾਧ ਸੰਗਤ ਜਿੱਥੇ ਰਾਮਸਰ ਤੀਰਥ ਹੈ, ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਅੰਮ੍ਰਿਤਸਰ ਦੇ ਸ਼ਹੀਦਾਂ ਦਾ, ਉੱਥੋਂ ਜਿਹੜਾ ਲਾਹੌਰ ਵਾਲਾ ਪਾਸਾ ਸੀਗਾ, ਉੱਧਰ ਦੁਸ਼ਮਣ ਦੀ ਫੌਜ ਜ਼ਿਆਦਾ ਸੀ। ਸਿੰਘਾਂ ਨੇ ਹਮਲਾ ਬੋਲਿਆ, ਇੱਕ ਮੋਰਚਾ ਤੁਰਕਾਂ ਦਾ ਸਾਰਾ ਹੀ ਕੱਟ ਕੇ ਸੁੱਟ ਦਿੱਤਾ।
एक मोर्चा दा जड़ों ही पट दिता तुरकां दा। उतो सो दीना बेग को सो पैकियो खवार। वो मोर्चा भी दीना बेग दा सी जड़ा बहुत कमीना आदमी सी दीना बेग घटिया इंसान दुनिया दा उस सब तो ज्यादा उस वेले दा वो मन्या जांदा जड़ा खुदगर्ज मतलब प्रस्त जे लोड़ पई ते गधे नूं भी बाप कह लेना जे टाइम लंघ गया ते बाप नूं भी नहीं पुछना इहो जिहा बंदा सी उह। सिंघां ने उहदी उह दुर्गत कीती उहदी फौज दा बहुत नुकसान कीता हल्ला करके चौपई सदीके मोर्चा मारियो। फिर सदीके दा सदीक खान दा मोर्चा सिंघां ने कट दिता। 20 सिंघां ते तिने ना संभारियो। केवल 20 सिंघ गए रात नूं दुश्मन दी सदीक खान दी फौज दे विच खलबली पा दित्ती ते ओ आपस च लड़ के मर गए। सिंह मजैल बड़ जोधे पारे। माझे दे सिंह बड़े दलेर हुंदे सन बड़े जोधे हुंदे सन। पीती पहलो न खंडे दुधारे। दो धारे दा खंडे दा अमृत छकिया सिंघां ने वीरता दे पुंज सन। साध सिंह जी खंडे दे अमृत दा मतलब ही वीरता है। सतगुरु सच्चे पातशाह ने कायरां दा पंथ नहीं साजिया सूरबीरां बहादुरां जोधियां दा पंथ साजिया है। खंडे दी पौल छक के ओ सूरमे सिंह कले कले सवा सवा लख ना लड़िया करदे सन। दोहरा इस बिद नित प्रत खालसे तूत लड़ाई होए। इस तरह खालसे दी तुरकां नाल रोज लड़ाई हुंदी सी। घेरा घेरा अजे जारी सीगा जदों जोर दुश्मन दा पैंदा सी ओ किले दे अंदर वड़ जांदे सी सिंह। जदों जोर पैंदा सिंघां दा दुश्मन ते हल्ला बोलदे सी पर अखीर मजबूरी सिंघां दी सी कि राशन पानी उहनां कोल खाण पीण नूं मुकदा जा रिहा सी। सिंह ना तुरकण ते मुकै इक मरे वरे आए दोए। सिंह मुकदे नहीं सी तुरक हैरान सी कि इस गल तों भी इक सिंह मरदा सी ते दो सिंह बाहरों आके रल जांदे सन। होर बाहरों जिहड़े सिंह सन उह चाहुंदे सी वी असीं अंदर बड़ीए अपने भरावां दा साथ देईए। ਉਹ ਵਿਚਾਰੇ ਜਿਹੜੇ ਬਾਹਰੋਂ ਆਉਂਦੇ ਸਨ ਜਿੰਨਾ ਕੁ ਆਪਣੇ ਘੋੜੇ ਤੇ ਰਾਸ਼ਨ ਪਾਣੀ ਲੱਦ ਕੇ ਕੋਈ ਅੱਧੀ ਬੋਰੀ ਆਟੇ ਦੀ ਜਾਂ ਕੋਈ ਛੋਲਿਆਂ ਦੀ ਬੋਰੀ ਜਾਂ ਮਾੜਾ ਮੋਟਾ ਖਾਣ ਪੀਣ ਦਾ ਸਮਾਨ ਉਹ ਵੀ ਲੈ ਕੇ ਅੰਦਰ ਵੜਨ ਦੀ ਕੋਸ਼ਿਸ਼ ਕਰਦੇ। ਕਈ ਉਹ ਸ਼ਹੀਦ ਹੋ ਜਾਂਦੇ ਸਨ। ਸਿੰਘ ਸੋ ਮਰ ਮੁਕੇ ਨਹੀਂ ਜੈਸੇ ਉਗਲ ਨੀਰ। ਜਿਵੇਂ ਕਹਿੰਦੇ ਆ ਵੀ ਚਸ਼ਮੇ ਦਾ ਪਾਣੀ ਉਹ ਜਿੰਨਾ ਚਲੀ ਜਾਂਦਾ ਥੱਲੇ ਹੋਰ ਆਈ ਜਾਂਦਾ ਸੋਮਾ ਫੁੱਟੀ ਜਾਂਦਾ। ਸਿੰਘ ਮੁੱਕਣ ਜੀ ਨਹੀਂ ਆਉਂਦੇ। ਦੀਨਾ ਬੇਗ ਹੈਰਾਨ ਹੋ ਰਿਹਾ ਸੀ ਵੀ ਅਸੀਂ ਜਿੰਨੇ ਮਾਰਦੇ ਹਾਂ ਓਨੇ ਹੀ ਆ ਜਾਂਦੇ। ਪਲੇ ਪੜਾਏ ਇਨਮੇ ਆਵੇ। ਪਲੇ ਪੜਾਏ ਪੜੇ ਪੜਾਏ ਸਿੱਖੇ ਸਿਖਾਏ ਸਿੰਘ ਸੱਜਦੇ ਹੈ। ਜਿੰਨੇ ਮਾਰਦੇ ਓਨੇ ਹੋਰ ਜੰਮ ਪੈਂਦੇ ਹਨ ਸਿੱਖ। ਲੁਕੇ ਛਿਪੇ ਜੇ ਟਿਗ ਹੋਤੇ ਆਏ ਜਿਤ ਕਿਤ ਵੜੈ ਤਤਬੀਰ। ਜਿਹੜੇ ਬਾਹਰ ਜੰਗਲਾਂ ਚ ਸਿੰਘ ਝਾੜਾਂ ਚ ਲੁਕੇ ਸਨ ਜਦੋਂ ਉਹਨਾਂ ਨੂੰ ਪਤਾ ਲੱਗਦਾ ਸੀ ਕਿ ਗੁਰੂ ਕੀ ਨਗਰੀ ਤੇ ਹਮਲਾ ਹੋਇਆ ਅੰਮ੍ਰਿਤਸਰ ਦੇ ਵਿੱਚ ਸਾਡੇ ਭਰਾ ਘਿਰੇ ਹੋਏ ਨੇ ਔਰ ਉਹਨਾਂ ਕੋਲ ਖਾਣ ਪੀਣ ਦਾ ਕੋਈ ਸਮਾਨ ਕੋਈ ਨਹੀਂ। ਉਹ ਸਿੰਘ ਬਾਹਰੋਂ ਵਿਚਾਰੇ ਰਾਸ਼ਨ ਪਾਣੀ ਲੈ ਕੇ ਜਿੰਨਾ ਕੁ ਚੁੱਕ ਸਕਦੇ ਦੁਸ਼ਮਣ ਦੇ ਘੇਰਿਆਂ ਵਿੱਚੋਂ ਕੋਈ ਭੇਸ ਬਦਲ ਕੇ ਕੋਈ ਤੁਰਕਾਂ ਵਾਲੇ ਕੱਪੜੇ ਪਾ ਕੇ ਕੋਈ ਕੋਈ ਭੇਸ ਬਣਾ ਕੇ ਕੋਈ ਕੋਈ ਭੇਸ ਬਣਾ ਕੇ ਅੰਦਰ ਰਾਸ਼ਨ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਸਨ। ਚੌਪਈ ਜਿਮ ਜਿਮ ਸਿੰਘ ਸੁਣੈ ਸਿੰਘ ਮਾਰੈ। ਜਿਵੇਂ ਜਿਵੇਂ ਸਿੰਘਾਂ ਨੂੰ ਬਾਹਰੋਂ ਪਤਾ ਲੱਗਦਾ ਸੀ ਕਿ ਸਾਡੇ ਭਰਾ ਕਿਲੇ ਚ ਭੁੱਖੇ ਮਾਰ ਰਹੇ ਨੇ। ਔਰ ਸਿੰਘ ਜਿਮ ਤਿਮ ਤੈ ਵਰੈ। ਉਹ ਸਿੰਘ ਬਾਹਰੋਂ ਆ ਕੇ ਉਹਨਾਂ ਦੇ ਵਿੱਚ ਰਲੀ ਜਾ ਰਹੇ ਸਨ। ਦੇਖੋ ਕੈਸੀ ਇਹ ਖਾਲਸੇ ਦੀ ਸ਼ਮਾ ਹੈ ਵੀ ਪਰਵਾਨੇ ਆਪ ਸੜਨ ਨੂੰ ਆਉਂਦੇ ਹਨ। ਸਾਨੂੰ ਪਤਾ ਲੱਗ ਜੇ ਵੀ ਕਿਤੇ ਕੋਈ ਇਹੋ ਜਿਹੀ ਗੱਲ ਹੈ ਆਪਾਂ ਤੇ ਉਹ ਰਾਹ ਨਾ ਜਾਈਏ ਦੂਰੋਂ ਹੀ ਭੱਜ ਜਾਈਏ। ਉਹ ਪਤਾ ਨਹੀਂ ਕਿੱਦਾਂ ਦੇ ਸਿੰਘ ਸਨ ਗੁਰੂ ਨੇ ਸਾਜੇ ਕਿੰਨੀ ਕੁ ਉਹਨਾਂ ਦੇ ਅੰਦਰ ਸੁਪੇਟ ਸੀ ਕਿੰਨੀ ਕੁ ਉਹਨਾਂ ਦੇ ਅੰਦਰ ਸਿੱਖੀ ਦਾ ਜਜ਼ਬਾ ਸੀਗਾ ਕਿ ਸ਼ਹੀਦੀਆਂ ਪਾਉਣ ਨੂੰ ਆਪ ਆਉਂਦੇ ਸਨ। ਹਾਂਜੀ ਜੋ ਕਉ ਸਿੰਘ ਨੇ ਵਰਨੇ ਪਾਵੇ। ਜੇ ਕੋਈ ਸਿੰਘ ਵਿਚਾਰਾ ਅੰਦਰ ਨਹੀਂ ਸੀ ਵੜ ਸਕਦਾ ਭਾਵ ਉਹਦਾ ਦਾ ਨਹੀਂ ਸੀ ਲੱਗਦਾ। ਦੰਤ ਪੀਸ ਚੌਫੇਰੇ ਧਾਵੇ। ਉਹ ਵਿਚਾਰਾ ਦੰਦ ਪੀਂਦਾ ਰਹਿ ਜਾਂਦਾ ਸੀ ਚੌਫੇਰੇ ਸਿੰਘ ਆਲੇ ਦੁਆਲੇ ਗੇੜੇ ਕੱਟਦਾ ਰਹਿੰਦਾ ਸੀ ਦੋ ਚਾਰ ਮੀਲ ਜੰਗਲ ਚ ਲੁੱਕ ਕੇ
ਉਹ ਸੋਚਦਾ ਸੀ ਕਦੋਂ ਮੌਕਾ ਬਣੇ ਤੇ ਮੈਂ ਕਿਲੇ ਦੇ ਅੰਦਰ ਆਪਣੇ ਭਾਈਆਂ ਕੋਲ ਪਹੁੰਚਾਂ। ਕਹਿ ਮਰੇਂਗੇ ਉਨਕੇ ਸਾਥ, ਉਹ ਬਾਹਰ ਵਾਲੇ ਸਿੰਘ ਵੀ ਇਹੀ ਕਹਿੰਦੇ ਸੀ ਵੀ ਜਿਹੜੇ ਸਾਡੇ ਭਰਾ ਕਿਲੇ ਵਿੱਚ ਘਿਰੇ ਹੋਏ ਨੇ ਔਰ ਇੰਨੇ ਮਹੀਨਿਆਂ ਤੋਂ ਲੜ ਰਹੇ ਨੇ, ਅਸੀਂ ਉਹਨਾਂ ਦੇ ਨਾਲ ਰਲ ਕੇ ਸ਼ਹੀਦੀ ਪਾਈਏ। ਉਹਨੇ ਦਿਖਾਵੇਂ ਮਿਲਹਮ ਹੱਥ, ਉਹਨਾਂ ਭਰਾਵਾਂ ਦੇ ਨਾਲ ਮਿਲ ਕੇ ਅਸੀਂ ਆਪਣੇ ਹੱਥ ਦਿਖਾਵਾਂਗੇ, ਮੈਦਾਨੇ ਜੰਗ ਦੇ ਵਿੱਚ ਜੂਝਾਂਗੇ। ਜੇ ਉਨਕੋ ਹਮ ਕਰੇ ਨਾ ਸਾਥ, ਉਹ ਬਾਹਰਲੇ ਸਿੰਘ ਸੋਚਦੇ ਸੀ ਕਿ ਜੇ ਅਸੀਂ ਆਪਣੇ ਭਾਈਆਂ ਦਾ ਜਿਹੜੇ ਅੰਦਰ ਘਿਰੇ ਹੋਏ ਨੇ ਕਿਲੇ ਦੇ ਵਿੱਚ ਉਹਨਾਂ ਦਾ ਸਾਥ ਨਹੀਂ ਦੇ ਸਕਦੇ। ਗੁਰਦਰਗਾਹਾ ਕਿਆ ਦਿਖਾਵੇ ਮਾਥ, ਤਾਂ ਕਲਗੀਆਂ ਵਾਲੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਦਰਬਾਰ ਵਿੱਚ ਜਦੋਂ ਜਾਵਾਂਗੇ ਕੀ ਮੂੰਹ ਲੈ ਕੇ ਜਾਵਾਂਗੇ? ਮਹਾਰਾਜ ਕਹਿਣਗੇ ਸਿੰਘ ਹੋ ਕੇ ਤੁਸੀਂ ਸਿੰਘਾਂ ਦਾ ਸਾਥ ਨਹੀਂ ਦੇ ਸਕੇ, ਤੁਸੀਂ ਆਪਣੇ ਭਰਾਵਾਂ ਦੇ ਦੁੱਖ ਵਿੱਚ ਉਹਨਾਂ ਦੇ ਨਾਲ ਸ਼ਰੀਕ ਨਹੀਂ ਹੋਏ, ਗੁਰੂ ਦੀ ਦਰਗਾਹ ਵਿੱਚੋਂ ਝੂਠੇ ਪਵਾਂਗੇ। ਦੋਹਰਾ ਇਕ ਮਰੇ ਦੋਏ ਆਰਲੈ ਤੁਰਕਨ ਲਖੀ ਯਾਰੀ ਤੋ, ਇੱਕ ਸਿੰਘ ਮਰਦਾ ਹੈ ਦੋ ਆ ਕੇ ਖਲੋ ਜਾਂਦੇ ਨੇ, ਦੋ ਸਿੱਖ ਮਰਦੇ ਨੇ ਚਾਰ ਆ ਜਾਂਦੇ ਨੇ। ਦੀਨਾ ਬੇਗ ਨੂੰ ਬੜੀ ਹੈਰਾਨੀ ਹੁੰਦੀ ਹੈ, ਕਹਿੰਦੇ ਕਿਹੋ ਜਿਹੇ ਬੰਦੇ ਹਨ, ਇਹ ਘਟਣ ਵਿੱਚ ਆਉਂਦੇ ਹੀ ਨਹੀਂ। ਹਮ ਮਾਰਤ ਇਨ ਥੱਕ ਰਹੇ, ਇਹ ਘਟਤ ਨਾ ਕਿਤੋਂ ਦਾਏ, ਅਸੀਂ ਮਾਰਦੇ ਮਾਰਦੇ ਥੱਕ ਗਏ, ਇਹ ਘਟਦੇ ਨੀ ਕਿਸੇ ਤਰ੍ਹਾਂ ਵੀ। ਗੁਰਜੋ ਸਾਰ ਖਾਈ ਪਟੀ ਛੱਡਿਓ ਨਾ ਰਸਤੋਂ ਕੀਤ, ਫਿਰ ਤੁਰਕਾਂ ਨੇ ਪਹਿਰਾ ਸਖਤ ਕਰ ਦਿੱਤਾ, ਉਹਨਾਂ ਨੇ ਮਿੱਟੀ ਦੇ ਬੁਰਜ ਉਸਾਰ ਲਏ, ਮਿੱਟੀ ਲਾ ਲਾ ਕੇ ਨਾ ਬੋਰੀਆਂ 'ਚ ਪਾ ਪਾ ਕੇ ਉੱਚੇ ਢੇਰ ਲਾ ਲਏ, ਉਹਨਾਂ ਦੇ ਉੱਤੇ ਮੋਰਚੇ ਲਾ ਲਏ ਤੇ ਬੰਦੇ ਬੰਦੂਕਾਂ ਦੇ ਕੇ ਬਹਾ ਦਿੱਤੇ ਵੀ ਜੇ ਕੋਈ ਸਿੱਖ ਲੰਘਦਾ ਟੱਪਦਾ ਕਿਲੇ ਵੱਲ ਆਉਂਦਾ ਜਾਂਦਾ ਦਿਸੇ ਗੋਲੀ ਮਾਰੋ, ਤੇ ਇੱਕ ਹੋਰ ਡੂੰਘੀ ਖਾਈ ਪੱਟ ਲਈ ਵੀ ਇਹਨਾਂ ਨੂੰ ਟੱਪ ਕੇ ਜੇ ਸਿੱਖ ਅੰਦਰ ਵੜਨ ਲੱਗੇ ਤੇ ਤੁਸੀਂ ਉੱਥੋਂ ਉਹਨੂੰ ਟੱਪਦੇ ਨੂੰ ਗੋਲੀ ਮਾਰ ਦਿਓ। ਚੌਪਈ ਜੋਲੋ ਸਿੰਘ ਵੜਤ ਥੇ ਤਾਈ, ਜਿੱਥੋਂ ਸਿੰਘ ਵੜਦੇ ਸਨ ਜਿਹੜੇ ਰਾਹ ਸਿੱਖਾਂ ਦੇ ਅੰਦਰ ਜਾਣਦੇ ਸਨ, ਦਾਰੂ ਸਿੱਖੋਂ ਲੈ ਪੀ ਆਈ, ਨਾਲ ਉਹ ਸਿੰਘ ਦਾਰੂ ਸਿੱਕਾ ਵੀ ਲੈ ਕੇ ਆਉਂਦੇ ਸਨ। ਅੰਦਰ ਸਿੰਘਾਂ ਨੂੰ ਚਾਹੀਦਾ ਹੁੰਦਾ ਅਸਲਾ ਤੇ ਉਹ ਬੰਦੂਕਾਂ ਵਾਸਤੇ ਦਾਰੂ ਸਿੱਕਾ ਤੇ ਰਾਸ਼ਨ ਪਾਣੀ ਖਾਣ ਪੀਣ ਦਾ ਬਾਹਰੋਂ ਲੈ ਕੇ ਆਉਂਦੇ ਸਨ। ਸਿੱਖ ਵੜਨ ਤੇ ਜਬੁਨ ਕੇਰੇ, ਜਦੋਂ ਉਹਨਾਂ ਨੇ ਸਿੱਖਾਂ ਦੇ ਵੜਨ ਤੇ ਪਾਬੰਦੀ ਲਾ ਦਿੱਤੀ, ਪੂਰੀ ਤਰ੍ਹਾਂ ਨਿਗਰਾਨੀ ਸਖਤ ਕਰ ਦਿੱਤੀ, ਸਿੰਘਨ ਲਗਿਓ ਮਰਨ ਆਇਓ ਨੇਰੇ, ਹੁਣ ਅੰਦਰ ਵਾਲੇ ਸਿੱਖਾਂ ਨੂੰ ਹੋਰ ਔਖੀ ਹੋ ਗਈ। ਕਦੀ ਬੋਰੀ ਤੋਂ ਬੋਰੀ ਆਟਾ ਬਾਹਰੋਂ ਆ ਜਾਂਦਾ ਸੀ, ਕੋਈ ਛੋਲਿਆਂ ਦੀ ਬੋਰੀ ਭੁੱਜਿਆਂ ਦੀ ਲੈ ਆਉਂਦਾ ਸੀ, ਕੋਈ ਘੋੜਿਆਂ ਵਾਸਤੇ ਮਾੜਾ ਮੋਟਾ ਖਾਣਾ ਆ ਜਾਂਦਾ ਸੀ, ਉਹ ਬੰਦ ਹੋ ਗਿਆ। ਜਦੋਂ ਅੰਦਰ ਸਿੰਘਾਂ ਨੇ ਵੇਖਿਆ ਵੀ ਹੁਣ ਤਾਂ ਬਾਹਰਲੇ ਅੰਦਰ ਪਹੁੰਚ ਨਹੀਂ ਰਹੇ, ਬਾਹਰਲੇ ਸਿੰਘਾਂ ਦਾ ਅੰਦਰ ਆਉਣਾ ਔਖਾ ਹੋ ਗਿਆ, ਅੰਦਰਲੇ ਸਿੰਘਾਂ ਨੇ ਸੋਚ ਲਿਆ ਵੀ ਹੁਣ ਮੌਤ ਨੇੜੇ ਆ ਰਹੀ ਹੈ, ਹੁਣ ਉਹ ਦਿਨ ਨੇੜੇ ਹੈ ਜਿਸ ਦਿਨ ਅਸੀਂ ਸਾਰੇ ਹੀ ਸ਼ਹੀਦ ਹੋ ਜਾਵਾਂਗੇ। ਮਾਰੋ ਮੋਰਚਾ ਜੋ ਨੇੜੇ ਆਇਆ, ਹੁਣ ਮਰਨਾ ਤਾਂ ਹੈ ਹੀ ਹੈ, ਮੌਤ ਦਾ ਹੁਣ ਸਮਾਂ ਦੂਰ ਨਹੀਂ ਹੈ, ਕਿਉਂਕਿ ਭੁੱਖ ਜਿਹੜੀ ਹੈ ਨਾ ਸਭ ਤੋਂ ਚੰਦਰੀ ਚੀਜ਼ ਹੈ, ਫਰੀਦਾ ਮੌਤੋਂ ਭੁੱਖ ਬੁਰੀ, ਰਾਤੀ ਸੁੱਤੇ ਖਾ ਸਵੇਰੇ ਫਿਰ ਖੜੀ, ਰਾਤੀ ਖਾ ਕੇ ਸੌਂਦਾ ਸਵੇਰੇ ਦਰਵਾਜ਼ੇ ਖੜਕਾਉਂਦੀ ਹੈ ਭੁੱਖ, ਮੌਤ ਜ਼ਿੰਦਗੀ 'ਚ ਇੱਕੋ ਵਾਰੀ ਆਉਣੀ ਹੈ, ਭੁੱਖ ਦਿਹਾੜੀ 'ਚ ਤਿੰਨ ਵਾਰੀ ਆ ਜਾਂਦੀ ਹੈ। ਭੁੱਖ ਨੇ ਲਾਚਾਰ ਕਰ ਦਿੱਤਾ ਸਿੰਘਾਂ ਨੂੰ, ਸਿੰਘ ਸੋਚਦੇ ਹੈ ਹੁਣ ਜਿਹੜਾ ਦੁਸ਼ਮਣ ਦਾ ਮੋਰਚਾ ਨੇੜੇ ਹੈ ਆਪਾਂ ਉਹ ਮਾਰ ਦਈਏ। ਸਿੰਘਾਂ ਨੇ ਮਤੋਂ ਇਉਂ ਠਹਿਰਾਇਆ, ਸਿੰਘਾਂ ਨੇ ਆਪਸ ਵਿੱਚ ਜਿਹੜੇ ਕਿਲੇ ਦੇ ਅੰਦਰ 500 ਸਿੰਘ ਘਿਰੇ ਹੋਏ ਸਨ ਰਾਮ ਰੌਣੀ ਕਿਲੇ ਵਿੱਚ, ਉਹਨਾਂ ਨੇ ਇਉਂ ਗੁਰਮਤਾ ਕੀਤਾ, ਮਾਰੋ ਮਰੋ ਔਰ ਸ਼ਹੀਦੀ ਲੈ ਹੋ, ਸਿੰਘ ਹੁਣ ਸ਼ਹੀਦੀ ਦਾ ਟਾਈਮ ਆ ਗਿਆ, ਮਾਰੀਏ ਮਰੀਏ ਸ਼ਹੀਦੀਆਂ ਪ੍ਰਾਪਤ ਕਰੀਏ। ਦੀਨਾ ਬੇਗ ਕੋ ਟੋਲ ਮੇਰੇ ਹੋ, ਆ ਕਹਿੰਦੇ ਲੱਭੀਏ ਆਪਾਂ ਦੀਨਾ ਬੇਗ, ਲੜਾਈ ਦਾ ਤਾਂ ਸਵਾਦ ਹੈ ਵੀ ਜੇ ਉਹਨਾਂ ਦਾ ਕੋਈ ਵੱਡਾ ਅਫਸਰ ਮਾਰਿਆ ਜਾਵੇ, ਲੜਾਈ ਦੇ ਵਿੱਚ ਆਪਾਂ ਕੋਈ ਉਹਨਾਂ ਦਾ ਚੰਗਾ ਜਰਨਲ ਕਰਨਲ ਵੱਡਾ ਕੋਈ ਫੌਜ ਦਾ ਦੀਨਾ ਬੇਗ ਜੇ ਲੱਭ ਜਾਵੇ ਤੇ ਆਪਾਂ ਦੀਨਾ ਬੇਗ ਨੂੰ ਝਟਕ ਦਈਏ। ਦੋਹਰਾ
जबे खान सो यो मथी ते वड़ियो सिंह इक आए। जदो सिंह ने अंदर सलाह की आपा शहीदियां पाईए आपा किले चो बाहर निकल के दीना बेग दी फौज दा मुकाबला करिए ता एने नू एक सिंह बाहरों आ गया। किसे तरीके नाल औखा समा सी अंदर वड़ना ता मुश्किल सी पर कोई सिंह बाहरों किले च वड़न च कामयाब हो गया। हुणे आन ऐसे कहो ए मोरचो सिंगन वाए। ओ बाहरों जड़ा सिंह आया उन्हें आ के दस्या अंदरले सिंघां नू के भरावो आ जड़ा तुसी बाहर मोर्चा देख रहे हो ना ये असल विच ये भी सिंघां दा ही है। ये भी सिंह ही बैठे हुए ने तुहाडे खिलाफ भी सिंघां दी फौज आई हुई है। चौपाई सिंह तरखान जसा सिंह जोए। अंदरलिया ने पुछया ये केड़ा सिंह है। वो कहंदे ये जड़ा जसा सिंह तरखान है। तीनों सिंगन छेक थो सोए। वो तुसी छेकिया होया पंथ विचों नू वखरा कीता होया। जसा सिंह जिनू आपां रामगढ़िया कहने आ ये साध संगत जी जसा सिंह इचोगलिया कहंदे सन पहला इचोगल पिंड सी इहदा ते इहदे पिता जी जिहड़े सन वह भी अमृतधारी गुरसिख सन परिवार इन्हां दा दादे परिवार ते पर जसा सिंह दे घर लड़की जम्मी सी पता नहीं की भाणा वरत्या कि वह बच्ची मर गई जां मार दित्ती पर यह बदनामी जसा सिंह दे मत्थे दे लग गई वी इहदी घरवाली ने कुड़ी मार दित्ती है। सो आए दीना बेग पै रहा। सिंघा ने उन्हूं छेक दिता सीगा भी तू पंथ विच नहीं रह सकदा। वह फिर दीना बेग कोल जा के अपनी फौज समेत नौकर हो गया। सिंह सैंकरो ओ संग आहा। कई संकड़े सिंह दे नाल सन रामगढ़िये सिंह मिस्त्री सिंह जसा सिंह दे नाल सन ओ दीना बेग दी फौज दे विच सन। ओ बाहर बैठे ने अंदर भी सिंह ने बाहर भी सिंह ने पर सिंह अंदर वाले नूं पता नहीं सी कि बाहर सिखां दी फौज बैठी है। तो सिंह थो अब बचन उचारे। ओ जिहड़ा सिंह बाहरों आया अंदर उन्हें आ के अंदर वाले सिंघां नूं दस्या हम भी मरे सो सिंघन नारे। ये गल यों है जिहड़े बाहर सिंह बैठे ने ना वह भी सिंह ने रामगढ़िए वो सिंह कहंदे ने कि असी अपने भरावां नाल नहीं लड़ना जिहड़े अंदर ने मजबूरी है कि वह दीना बेग दे अधीन आए हुए ने दीना बेग लैके आया उन्हां नूं नौकरी जो कर रहे पर अंदरों उन्हां दा मन नहीं चाहुंदा भी सिखां नाल लड़ीए गुरु की नगरी ते हमला करिए। वो अपने सरदार नूं जसा सिंह नूं कह रहे ने कि सरदार जी आपां गलत थां ते आ गए हां दीना बेग सानू सिखां दे नाल लड़ा रहा आपां किते होर जांदे लड़ाई करन ओह गल वखरी सी ये बड़ी गलत जगह ते आपां अपने भरावां नूं आप ही मारांगे। इस करके ओ सिंह कहंदे ने जसा सिंह नूं भी असी तेरा साथ छड के अंदरले सिंघां नाल रल जाना है। जे तुम हमको लेवो मेला ते जसा सिंह ते साथी सारे जसा सिंह समेत चाहुंदे ने कि जे पंथ खालसा सानू अपने च मिला लवे खालसा सानू पिछली जड़ी भुल चुक है वह माफ कर देवे। आए रले हम तुमरी गैल असी सारे सिंह जिन्ने भी रामगढ़िए सिंह हाँ अपने भरावां दे नाल अंदर रल जावांगे किले च आ जावांगे। सिंगन कहो अब आखरी वेला। और अंदर वाले सिंह जेड़े सन उन्हां नूं बड़ी खुशी होई अनख्या भी फेर की है साडा ही भरा है ते गलतियां तां बंदे तों हुंदियां ने ते भरा भरावां नूं माफ भी करदे आए ते भरा ही भरावां दे काम आउंदे आ। बाबा जसा सिंह रामगढ़िए नूं पंथ नाल लड़ाण वास्ते अंदर वाले सिंघां ने आख्या भी जसा सिंह नूं कह दिओ कि आखरी टाइम है हुण जे तुम करो हमें संग मेला जे तू खालसे नाल मिलना है तां फिर देरी ना कर जै बदलो तो ही तैवें को गुरु जे तू गुरु महाराज दे पंथ दी मदद करेगा पंथ दी शरण आ जाएगा भरावां च रल जाएगा
ਤਾਂ ਇਹਦਾ ਫਲ ਸ੍ਰੀ ਕਲਗੀਧਰ ਪਾਤਸ਼ਾਹ ਤੈਨੂੰ ਬਖਸ਼ਣਗੇ, ਖੁਸ਼ੀਆਂ ਦੇਣਗੇ। ਬਚਨ ਖਾਲਸੇ ਤੁਮ ਹੋਏ ਫਰੂ, ਗੁਰੂ ਖਾਲਸੇ ਦਾ ਬਚਨ ਫੁਰ ਫੁਰੇਗਾ, ਤੇਰਾ ਰਾਜ ਭਾਗ ਹੋਵੇਗਾ, ਤੇਰਾ ਨਾਮ ਰਵੇਗਾ ਦੁਨੀਆਂ ਤੇ। ਦੋਹਰਾ जसा सिंह को तिन कहो, अब आप तुम करो संभाल। जसा सिंह नु खबर भेजी अंदरों सिंघां ने, भी जसा सिंह भरा भरावां दे टोडर कावां दे, भावे कुछ हो जाए फिर भी आप टुटियां बाहवां गाल नु आउंदियां ने। तू साडा भरा, असीं तेरे भरा आ, पंथ नाल तेरा कोई दुश्मनी नहीं। जिहड़ी गल पिछे होई है, पंथ ने तेनूं तनखाह लाई है, वह भी बख्शी जाएगी। पंथ विच रलना चाहुंदा ते साडे दरवाजे खुले ने, तू रल जा। हां जी, अब हम अंदर वड़ेंगे मरे सो पंथ नाल। बार वाले जिहड़े सी उह जसा सिंह दे साथी, उह जसा सिंह नूं कह रहे सी कि जथेदार जी, जे तू नहीं रलना ते असीं ते रल जाणा, असीं तां अंदर वड़ांगे हुण। असी ते अपने भरावां दे नाल रल के पंथ खालसे दे विच रल के शहीद होवांगे। चौपाई जसा सिंह भी सिंगन कहो, और जसा सिंह ने भी अपने सिंघां साथियां नूं आखिया, हम कब खालस्यों टूटन चाहो। ओ कहण लगा, तुहानूं कल्लियां नूं ही सिखी प्यारी है, मैनूं कोई नहीं, मैं कदों खालसे तों टुटना चाहुंदा, सिंघां ने ही मैनूं छेकिया होया। कहिंदे सिंघां ने मैनूं तनखाह लाई हुई है, मेरा भांडा वखरा कीता, मैं तां भरावां तों दूर नहीं होना चाहुंदा, मैं तां पंथ दा आ ते पंथ मेरा है। हां जी, हम भी रलेंगे खालसे नाल। बाबा जसा सिंह जी कहण लगे, सिंघो जे तुसी खालसे दे नाल रलना चाहुंदे हो, मैं भी रलांगा, मैं भी सिंघां दे नाल ही अंदर किले दे वड़ांगा। खालसो टूटी गंडन वाल, ते खालसा पंथ टूटी गंडन वाला है। टूटी गंडन हार गोपाल, सर्ब जिया आपे प्रतपाल। खालसे दी मर्यादा है, भावे कोई किड्डा भी दोषी गुनाहगार होवे, जेड़ा पंथ दी शरण आ जाए, माफी मांग ले, ओनू खालसा अपने नाल मिला लैंदा है, अड़ी नहीं करनी। रहतनामे च लिखिया होया भी जे कोई भुल करके गलती करके माफी मंगता है, तो ओनू बख्शन लग्या अड़ी नहीं करनी, ओनू माफ करना चाहिए। तो जेड़ा अड़ी करता वह भी तनखाइया है फिर। तो हुण जे असी गुरु के सिंह पंथ खालसे की मर्यादा अनुसार तनखाह लवाईए, तो खालसा लावे वह मननी चाहिए है। तो पंजां प्यारां नूं भी चाहिए भी जे कोई माफी मंगण आ गया तो ओनू माफ कर देना चाहिए, अड़ी नहीं करनी चाहिए। हाँ जी, जसा सिंह ने लिखी अरदास। बारों जसा सिंह ने अपने साथियों नाल सलाह करके एक चिट्ठी लिखी है, बंद तीर कली सिंगन पास। अरदास लिखी है खालसे दे चरणा च, गुरु खालसा जी मैं तुहाडा सेवक हाँ पंथ खालसे दा, ते मैनू सने सिंघां दे अपने नाल रला लो, असी तुहाडे भाई हाँ। तीर नाल बन के ना चिट्ठी तीर चढ़ाया, वो किले दे अंदर सुट दिती। हाँ जी, अब हमको तुम लेहो मिलाए। बड़ी दूरों तीर मारिया, जसा सिंह बड़ा तगड़ा तीर अंदाज सी, दो दो मील तक उहदा तीर जांदा सी, उहने तीर आप छड्डिया, चिट्ठी बन के अंदर सुट्टी किले दे, ते उहदे च लिखिया सी, सिंघो खालसा पंथ में सानू अपने च रला लवो। तो आन पर खालसे सरनाए, जे तुसी सानू अपने नाल रलाना चाहुंदे हो ते कृपा करो, असी खालसे दी शरण च आ रहे हां। सिंघन लिखियो अब मिलने वेला। अगों सिंघां ने उस चिट्ठी दा जवाब पढ़ के लिखिया कि जसा सिंह जी हुण ही है मौका पंथ नाल मिलन दा, औखे समय जे तू पंथ च रल गया ते सदा लई बख्शिया जाएगा। टूटे फूटे को होवग मेला, टूटे फूटे दा मेला हुण होवेगा, पिछलियां सारियां गल्लां ते पोचा फिर जाएगा, सारियां गल्लां भुल जाणगियां जे तू हुण खालसे च रल गया। जसा सिंह बेग दिन कहो, साध संग जदों आपस सिंघां दी जसा सिंह नाले गलबात पक्की हो गई, सिंघां ने अंदर वाले ने भी हामी भरती भी तू आ जा, तेरे लिए बूहे खुले है। जसा सिंह ने भी तैयारी कर ली। हुण जसा सिंह ने दीना बेग नूं आखिया, हमरो हिसाब करें कर दयो। दीना बेग जी मैनू कई महीने हो गए तुहाडे कोल तनखाह नहीं मिली, साडी तनखाह तां दे दे। जसा सिंह ने सोचा पैसे तो लै जाइए अपने,
तनखा तो ले ली इन्हां कोलों। कहिंदा साडा हिसाब किताब कर दे। हिसाब कराए सो दो दिन पाए। दीना बेग ने आख्या मैं पैसे दे देना हुणे जिन्ने मर्जी, क्योंकि दीना बेग नूं सीगा भी किते जसा सिंह रुस के ना चला जावे। उन्हें सारे जसा सिंह रामगढ़िए दे पैसे जिहड़े बनते सी ना महीने दे हिसाब नाल सारी फौज की तनखा दे दित्ती। जसा सिंह ने पैसे सारे लैके दो दिन होर लंघा दिते भी किसी तरह का शक ना इन्हां नूं पवे। जड़ियो वड़ियो जसा सिंह अंदर जाए। तीसरे दिन जसा सिंह दी गुप्ती फटाफट घोड़ियां दे पाइयां काठियां दे हल्ला बोल के किले दे अंदर वड़े। अगले ने दरवाजे खोलते। हांजी जब जसा सिंह अंदर वड़ा, जदों जसा सिंह किले दे अंदर वड़ गया जाके राम रौणी दे तुरकन सिर जाना पानी पड़ा। तुरकों के सिर मानो पानी पै गया। तुरकों की अद्धी फौज खत्म, अद्धे सिख जड़े उन्होंने हौसला सी भी सिख ही सिखां नाल लड़नगे। उन्होंने सिखां नूं अगे कीता होया सी भी जदों कोई लड़ाई होवेगी सिखां दे हत्थों सिख मरनगे। सप मारो ते दुश्मन की छाती ते रख के मारो, जां दुश्मन मरेगा जां सप मरेगा। ए नीति सी तुरकों की, पर ओह तां उन्हां दी गल विच रह गई। सिख सिखां च रल गए ते तुरकां दे सिर पानी पै गया। दोहरा सतगुरु कुदरत यूं पई करन सो सिंघन काज। सिंघां दा भला करना सी गुरु साहब ने ऐसी खेड वरता दिती। बड़े मुल्तान आए सो पुत खानू शाह निवाज। उधरों भाणा होर वरत गया। इधर अद्धी फौज दीना बेग दी टुट गई, सिख कठे हो गए किले दे विच। उधरों जकरिया खान का पुत्र शाह नवाज जिन्हों साध संगत जी मीर मनू ने लाहौरों भजाया होया सीगा, वह परम फौजा लैके काबुल वालों मुल्तान ते काबज हो गया। जदों मुल्तान ते शाह नवाज ने कब्जा कर लिया तो मीर मनू नूं फिक्र पै गया भी मेरी गद्दी गई। शाह नवाज ने हमला कर देना, लाहौर खो लेना। हुण आपां सिखां नाल लड़न की बजाए ਆਪਾਂ ਬਾਹਰਲਿਆਂ ਨਾਲ ਪਹਿਲਾਂ ਨਿਬੜ ਲਈਏ ਫੇਰ ਸਿੱਖਾਂ ਨਾਲ ਨਿਬੜ ਲਵਾਂਗੇ। ਚੌਪਈ ਤਬ ਤੁਰਕਾਂ ਨੇ ਆਪਣੀ ਪੜ ਗਈ। ਤੁਰਕਾਂ ਨੂੰ ਆਪਣੀ ਪੈ ਗਈ, ਮੀਰ ਮਨੂ ਨੂੰ ਆਪਣੀ ਕੁਰਸੀ ਦਾ ਫਿਕਰ ਪੈ ਗਿਆ। ਮੀਰ ਮਨੂ ਨੇ ਫੌਜ ਸੱਦ ਲਈ। ਮੀਰ ਮਨੂ ਨੇ ਦੀਨਾ ਬੇਗ ਨੂੰ ਆਖਿਆ ਅੰਮ੍ਰਿਤਸਰ ਦਾ ਘੇਰਾ ਉਠਾ ਕੇ ਵਾਪਸ ਆ ਜਾ। ਫੌਜ ਵਾਪਸ ਬੁਲਾ ਲਈ ਅੰਮ੍ਰਿਤਸਰ ਤੋਂ। ਸਭ ਕੌੜਾ ਮਲ ਬਾਤ ਬਣਾਈ। ਦੀਵਾਨ ਕੌੜਾ ਮਲ ਦੀ ਜਿਹੜੇ ਸਨ ਉਹ ਇਸ ਲੜਾਈ ਦੇ ਵਿੱਚ ਸ਼ਾਮਿਲ ਸਨ। ਸਿੱਖਾਂ ਦੇ ਖਿਲਾਫ ਫੌਜ ਜਿਹੜੀ ਆਈ ਸੀ ਉਹਨਾਂ ਦਾ ਸਾਰਾ ਉਹਨੂੰ ਪਤਾ ਸੀਗਾ। ਦੀਵਾਨ ਕੌੜਾ ਮਲ ਨੇ ਇਹੋ ਜਿਹੀ ਗੱਲ ਚਲਾਈ। ਸਿੰਘਨ ਲਈਏ ਸਾਤਰ ਲਾਈ। ਦੀਵਾਨ ਕੌੜਾ ਮਲ ਮੀਰ ਮਨੂ ਨੂੰ ਕਹਿਣ ਲੱਗਾ ਕਿ ਮੀਰ ਮਨੂ ਜੀ ਦੇਖੋ ਇਹ ਬੜਾ ਨਾਜ਼ੁਕ ਸਮਾਂ ਹੈ ਤੁਹਾਡੇ ਵਾਸਤੇ। ਆਪਾਂ ਇੰਝ ਕਰੀਏ ਆਪਾਂ ਸਿੱਖਾਂ ਨੂੰ ਆਪਣੇ ਨਾਲ ਰਲਾ ਲਈਏ, ਸਿੱਖਾਂ ਨਾਲ ਦੁਸ਼ਮਣੀ ਨਾ ਪਾਇਆ ਕਰੋ, ਸਿੱਖ ਸਾਡੇ ਕੰਮ ਆਉਣਗੇ। ਹਾਂਜੀ ਦੀਨਾ ਬੇਗ ਵੀ ਸ਼ਾਦੀ ਪੂਰੀ। ਦੀਨਾ ਬੇਗ ਵੀ ਹਾਮੀ ਹੋ ਗਿਆ, ਕਹਿਣ ਲੱਗਾ ਠੀਕ ਹੈ ਆਪਾਂ ਸਿੱਖਾਂ ਨੂੰ ਨਾਲ ਰਲਾ ਲੈਂਦੇ ਹਾਂ। ਉਹਨੇ ਵੀ ਗਵਾਹੀ ਭਰ ਦਿੱਤੀ। ਮੀਰ ਮਨੂ ਨੇ ਗਿਣੀ ਹਜ਼ੂਰੀ। ਮੀਰ ਮਨੂ ਦੇ ਦਰਬਾਰ ਦੇ ਵਿੱਚ ਲਾਹੌਰ ਦੇ ਵਿੱਚ ਇਹ ਵਿਚਾਰ ਹੋਈ। ਕੀ ਵਿਚਾਰ ਹੋਈ? ਵੀ ਆਪਾਂ ਸਿੱਖਾਂ ਨਾਲ ਦੁਸ਼ਮਣੀ ਨਾ ਪਾਈਏ, ਜਿਹੜੇ ਸਿੱਖ ਅੰਮ੍ਰਿਤਸਰ ਬੈਠੇ ਸੀਗੇ ਆਪਾਂ ਘੇਰਾ ਪਾਇਆ ਸੀ ਉਹਨਾਂ ਨਾਲ ਸੁਲਾਹ ਕਰ ਲਈਏ, ਉਹਨਾਂ ਨੂੰ ਨਾਲ ਲੈ ਕੇ ਅਤੇ ਆਪਾਂ ਸ਼ਾਹ ਨਵਾਜ਼ ਦਾ ਮੁਕਾਬਲਾ ਕਰੀਏ ਜਿਹੜਾ ਬਾਹਰੋਂ ਚੜ੍ਹ ਕੇ ਸਾਡੇ 'ਤੇ ਆ ਰਿਹਾ ਹੈ। ਮੀਰ ਮਨੂ ਤੇ ਲਿਓ ਕਹਾਏ। ਦੀਵਾਨ ਕੌੜਾ ਮੱਲ ਜੀ ਸਿੱਖਾਂ ਦੇ ਪੱਕੇ ਹਾਮੀ ਸਨ ਅਤੇ ਦੀਨਾ ਬੇਗ ਮਤਲਬ ਦਾ ਹਾਮੀ ਸੀਗਾ। ਦੀਨਾ ਬੇਗ ਦਾ ਨਾ ਸਿੱਖਾਂ ਦਾ ਮਿੱਤਰ ਸੀ ਅਤੇ ਨਾ ਦੁਸ਼ਮਣ ਸੀ, ਉਹਦਾ ਆਪਣਾ ਉੱਲੂ ਸਿੱਧਾ ਕਰਨ ਵਾਲੀ ਗੱਲ ਹੈ ਵੀ ਜਿਵੇਂ ਉਹਦੀ ਗੱਲ ਠੀਕ ਹੁੰਦੀ ਹੋਵੇ ਉਹ ਉੱਦਾਂ ਕਰ ਲੈਂਦਾ ਸੀ। ਦੀਵਾਨ ਕੌੜਾ ਮੱਲ ਅੰਦਰੋਂ ਸਿੱਖਾਂ ਦਾ ਪ੍ਰੇਮੀ ਸੀਗਾ। ਉਹਨਾਂ ਨੇ ਮੀਰ ਮਨੂ ਨੂੰ ਮਨਾ ਲਿਆ ਕਿ ਆਪਾਂ ਸਿੱਖਾਂ ਨਾਲ ਸੁਲਾਹ ਕਰ ਲਈਏ, ਸਿੱਖਾਂ ਨਾਲ ਦੁਸ਼ਮਣੀ ਨਾ ਪਾਈਏ। ਕੌੜਾ ਮੱਲ ਸਿੰਘ ਲੈ ਚੜਾਏ। ਇਸ ਤਰ੍ਹਾਂ ਕੌੜਾ ਮੱਲ ਨੇ ਸਿੰਘਾਂ ਦੀ ਜਿਹੜੀ ਉਹ ਮੁਸੀਬਤ ਸੀ ਨਾ ਉਹ ਟਾਲ ਦਿੱਤੀ। ਅੰਮ੍ਰਿਤਸਰ ਦਾ ਘੇਰਾ ਕੌੜਾ ਮੱਲ ਨੇ ਉਠਵਾ ਲਿਆ। ਮਾਝੋਂ ਪੱਟੀ ਸੰਗ ਲਹਿਰ ਲਾਈ। ਤੇ ਮਾਝੇ ਦੇ ਇਲਾਕੇ 'ਚ ਇੱਕ ਪਰਗਣਾ ਹੈ ਪੱਟੀ ਤਰਨ ਤਾਰਨ। ਇਹ ਪੱਟੀ ਦਾ ਪਰਗਣਾ ਜਿਹੜਾ ਹੈ ਉਹਦੀ ਆਮਦਨ ਅੱਧੀ ਖਾਲਸਾ ਪੰਥ ਲਿਆ ਕਰੇਗਾ। ਇਹ ਗੱਲ ਦੇ ਉੱਤੇ ਸਿੱਖਾਂ ਦੀ ਤੇ ਮੀਰ ਮਨੂ ਦੀ ਸੁਲਾਹ ਹੋ ਗਈ। ਹਾਂਜੀ ਆਈ ਆਦਿ ਸਿੰਘਨ ਲਿਖ ਦਵਾਈ। ਕੌੜਾ ਮੱਲ ਨੇ ਮੀਰ ਮਨੂ ਨੂੰ ਆਖਿਆ
कि सिख फौज का आपां विरोध ना करिए, बल्कि सिखां नूं पंजाब दे विच रहण वास्ते तरन तारण का इलाका जिहड़ा दे दईए। उस इलाके जिहड़ा पट्टी का मामला है, अद्धा मामला पट्टी का वह सिख लै लिया करन, ते अद्धा मामला टैक्स जिहड़ा उह सरकार लाहौर लै जा करे, ते इहदे नाल सिखां दा गुजारा चलेगा, सिख साडी मदद करनगे। दीवान कौड़ा माल जी ने सारियां मुसीबतां दा भोग पा दिता। 12 पिंड जो गुर चक वाले, 12 पिंड जेडे गुरु महाराज दी गुरु रामदास दी नगरी नूं लगे बादशाह अकबर दे टाइम तों। अकबर आया सी गुरु अमरदास जी दे चरणा च, उहने आख्या महाराज मैं गुरु के लंगर लई कोई भेटा करनी चाहुंदा। महाराज ने आख्या, गुरु अमरदास जी ने अकबर नूं, भी गुरु का लंगर तां चलदा गुरु नानक दी 20 रुपईआं दी बख्शिश नाल, तेरी जगीरां नाल नहीं चलना, असीं कोई जगीर नहीं लैणी। अकबर कहण लगा मैं तुहाडा पुत्र हां, तुसीं मेरे पिता हो। महाराज कहिंदे ठीक है। कहिंदे फिर बीबी भानी मेरी भैण है, मैं अपनी भैण नूं तां दे सकदा। 12 पिंड बीबी भानी दे नां ते बादशाह अकबर कर गया सीगा। उहदे नाल अमृतसर साहब दा ते होर कई गुरु घरां दा प्रबंध चलदा सी। बाबा बुढ़ा जी उहनां 12 पिंडां दे जगीर दे विच बीड़ बाबा बुढ़ा साहब बनाई सी। ਉਹ 12 ਪਿੰਡਾਂ ਦੀ ਸਮੇਂ ਦੇ ਲਿਹਾਜ਼ ਨਾਲ ਸਮਾਪਤੀ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਨਾਲ ਨਾ ਤੇ ਨਾ ਸਕੇ ਦੀਨ ਦਰਦ ਨਿਵਾਰ, ਏ ਸਮਰਾਥ ਗੰਮ ਪੂਰਨ ਮੋਏ ਮਾਇਆ ਧਾਰ, ਅਨਕੂਪ ਮਹਾ ਪਿਆਰ ਨਾਨਕ ਪਾਰੇ ਉਤਾਰ, ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵਦੇ ਗੁਰਪਾਰੇ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।